ਇਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਵਾਂ ਮਿੱਟੀ ਵਾਲੇ ਵੀਰਾਂ ਨੂੰ ਉਹ ਪਿੱਛੇ ਬਾਈਆਂ ਦੀ ਅੱਖ ਚੱਕਣੀ ਪੈਂਦੀ ਯਾਰ ਮੈਨੂੰ ਸਮਝ ਲੱਗੇ ਮੈਂ ਹਿਲਦਾ ਨਹੀਂ ਇੱਥੋਂ ਮੈਂ ਤਾਂ ਹਿਲਦਾ ਨਹੀਂ ਮੈਂ ਇੱਥੇ ਖੜਾ ਰਹਾਂ ਤੁਸੀਂ ਆਪਣੇ ਕੈਮਰੇ ਸੈੱਟ ਕਰ ਦਿਓ ਪਲੀਜ਼ ਬੇਨਤੀ ਆ ਤੁਹਾਨੂੰ ਬਾਕੀ ਮਰਜ਼ੀ ਆ ਤੇਰੀ ਤੂੰ ਮਾਲਕ ਹੈ ਇਸ ਸਭਾ 'ਚ ਕਾਲੇ ਕਾਨੂੰਨਾਂ ਨੂੰ ਲੈ ਕੇ ਇਸ ਮੋਰਚੇ ਦੀ ਅਗਵਾਈ ਕਰ ਰਹੇ ਸਾਰੇ ਸਾਡੇ ਸਤਿਕਾਰਯੋਗ ਆਗੂ ਸਾਹਿਬਾਨ ਔਰ ਮੇਰੀਆਂ ਬਹੁਤ ਪਿਆਰੀਆਂ ਮਾਵਾਂ ਸਾਡੀਆਂ ਸਭ ਦੀਆਂ ਮਾਵਾਂ ਇਸ ਜੱਗ ਦੀਆਂ ਮਾਵਾਂ ਔਰ ਭੈਣਾਂ ਮੇਰੀਆਂ ਔਰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿਣ ਵਾਲੇ ਸਾਡੇ ਮਾਣ ਮੱਤੇ ਬਜ਼ੁਰਗ ਸਾਹਿਬਾਨ ਔਰ ਇਹ ਤਮਾਮ ਮੇਰੇ ਵੀਰ ਦੋਸਤ ਭਰਾ ਸਾਡੇ ਛੋਟੇ ਬੱਚੇ ਔਰ ਮੇਰੇ ਆਪਣੇ ਸੂਬੇ ਦਾ ਸਾਡਾ ਆਪਣਾ ਮੀਡੀਆ ਜਿੰਨੇ ਵੀ ਕਦਮੇ ਸਭਾ ਚੱਲ ਕੇ ਆਏ ਹੋ ਤੁਹਾਡੇ ਸਾਰਿਆਂ ਦੇ ਅੰਦਰ ਵਾਸ ਕਰਦੀ ਉਸ ਪਰਮ ਸ਼ਕਤੀ ਨੂੰ ਮੇਰਾ ਕੋਟੀ ਕੋਟ ਪ੍ਰਣਾਮ ਕਬੂਲ ਕਰਿਓ ਬਹੁਤ ਬਹੁਤ ਆਦਰ ਔਰ ਸਤਿਕਾਰ ਤੁਹਾਡੇ ਜਜ਼ਬਿਆਂ ਨੂੰ ਪ੍ਰਣਾਮ ਤੁਹਾਡੀ ਇਸ ਹਿੰਮਤ ਨੂੰ ਤੁਹਾਡੀ ਦਲੇਰੀ ਨੂੰ ਤੁਹਾਡੇ ਏਕੇ ਨੂੰ ਔਰ ਤੁਹਾਡੇ ਸਬਰ ਨੂੰ ਪ੍ਰਣਾਮ ਅੱਜ ਮੈਨੂੰ ਪਹਿਲਾਂ ਭਾਈ ਹੋਰਾਂ ਨੇ ਕਹਿ ਕੇ ਭੇਜਿਆ ਵੀ ਅੱਜ ਬੁਲਾਰੇ ਬੜੇ ਇੰਟਲੈਕਟ ਬੈਠੇ ਆ ਬੜੇ ਕਮਾਲ ਦੇ ਬੁਲਾਰੇ ਬੈਠੇ ਆ 50-50 ਸਾਲਾਂ ਦਾ ਤਜ਼ਰਬਾ ਲਈ ਬੈਠੇ ਆ ਉਹ ਤੁਹਾਡੇ ਨਾਲ ਗੱਲਾਂ ਕਰਨਗੇ ਅਤੇ ਮੈਨੂੰ ਗੀਤ ਗਾਉਣ ਵਾਸਤੇ ਆਖਿਆ ਤਾਂ ਇੱਕ ਦੋ ਗੀਤ ਗਾ ਕੇ ਜਾਊਂਗਾ ਤੁਹਾਡੇ ਨਾਲ ਪਹਿਲਾ ਗੀਤ ਉਹ ਗਾਵਾਂਗੇ ਜਿਹੜਾ ਨਹੀਂ ਬੇਬੇ ਬਹਿ ਜਾਓ ਉਹ ਬੀਬੀ ਕਹਿੰਦੀ ਹੈ ਪਿੱਛੇ ਬੈਠਣ ਨੂੰ ਉਹੀ ਗੀਤ ਜਿਹੜਾ ਇਸ ਮੋਰਚੇ ਦੌਰਾਨ ਇੱਕ ਵਿਰੋਧੀ ਇਹਨਾਂ ਬਿੱਲਾਂ ਦੇ ਵਿਰੋਧ 'ਚ ਇੱਕ ਆਵਾਜ਼ ਬਣਿਆ ਆਪਣੇ ਆਪ 'ਚੋਂ ਗੀਤ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਉਸ ਗੀਤ ਦੇ ਬੋਲ ਆਪਾਂ ਮੈਂ ਕਹਿੰਦਾ ਵੀ ਤੁਸੀਂ ਸਾਰੇ ਮੇਰੇ ਨਾਲ ਗਾਇਓ ਅਤੇ ਇੱਕ ਜ਼ਰੂਰ ਉਹ ਬਾਪੂ ਜੀ ਕਹਿ ਕੇ ਗਏ ਸੀ ਕਿ ਕੈਮਰੇ ਨਾ ਅੱਜ ਆ ਇਕੱਠ ਦਿਖਾ ਦਿਓ ਮੈਂ ਜ਼ਿੰਦਗੀ 'ਚ 12-1250 ਖਾਣਾ ਲਾਇਆ ਆਲ ਓਵਰ ਦਾ ਵਰਲਡ ਅਤੇ ਕਈ ਵਾਰੀ ਦਾਣਾ ਮੰਡੀਆਂ 'ਚ ਇੱਦਾਂ ਦੇ ਇਕੱਠ ਹੋਏ ਆ ਪਰ ਦਾਣਾ ਮੰਡੀਆਂ ਉਹਨਾਂ ਖਾਲਿਆਂ 'ਚ ਵੀ ਭਰੀਆਂ ਪਰ ਆਏ ਨਹੀਂ ਕਦੇ ਭਰੀਆਂ ਆਏ ਪਹਿਲਾ ਐਕਸਪੀਰੀਅੰਸ ਹੈ ਕਿ ਦਾਣਾ ਮੰਡੀ ਇੱਦਾਂ ਵੀ ਭਰੀ ਜਾਂਦੀ ਹੈ ਸੋ ਬੇਨਤੀ ਆ ਤੁਹਾਨੂੰ ਤਾੜੀ ਮਾਰ ਸਕਦੇ ਯਾਰ ਕੁਛ ਨਹੀਂ ਇੱਦਾਂ ਮਾਰ ਲਓ ਤਾੜੀ ਇਹ ਆਵਾਜ਼ ਵੀ ਹੈ ਸੋ ਇਹ ਚੜ੍ਹਦੀ ਕਲਾ ਦੇ ਪ੍ਰਤੀਕ ਆ ਬਾਬੇ ਜਦੋਂ ਨੀਤਾਂ ਸਿੱਧੀਆਂ ਨਾ ਅਤੇ ਹੱਕ ਦੇਸੀ ਘਿਓ ਵਰਗੇ ਆ ਤਾਂ ਫਿਰ ਇੰਨਾ ਇਕੱਠਾ ਤੋਂ ਦੀਂਹਦੇ ਆ ਕਿ ਉਹ ਮਿਲਦੇ ਆ ਬੇਸ਼ਰਤ ਹੈ ਕਿ ਕੁਛ ਗੱਲਾਂ ਹੁੰਦੀਆਂ ਜਿਹੜੀਆਂ ਨਾਲ ਨਾਲ ਸਾਨੂੰ ਵਰਤਮਾਨ ਦੇ ਨਾਲ ਨਾਲ ਆਪਦੇ ਮੈਂਬਰ ਸਾਡਾ ਦੇ ਨਾਲ ਡਿਸਕਸ ਕਰਨੀਆਂ ਪੈਂਦੀਆਂ ਉਹ ਉਹਨਾਂ 'ਚ ਨੈਗੇਟਿਵਿਟੀ ਨਹੀਂ ਆਉਣੀ ਚਾਹੀਦੀ ਸੋ ਆ ਜਾਓ ਇੱਕ ਵਾਰੀ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਤੇ ਦੋ ਬੋਲ ਮੇਰੇ ਨਾਲ ਜ਼ਰੂਰ ਪਾ ਲਿਓ ਕੱਲਾ ਕੱਲਾ ਪੁੱਤ ਖੇਤਾਂ ਦਾ ਨੋਟਾਂ ਦੇ ਮਸਲੇ ਹੁੰਦੇ ਆ ਜਿਹਨੂੰ ਸਾਨੂੰ ਧਰਮਾਂ ਜਾਤਾਂ ਦੇ ਨਾਂ 'ਤੇ ਲੜਾਉਂਦੇ ਆ ਲੋਕ
ਸਾਡੀ ਯੂਨੀਅਨ ਤਾਂ ਬਣਦੀ ਹੈ, ਯੂਨਿਟੀ ਤਾਂ ਬਣਦੀ ਹੈ, ਸਟਰੈਂਥ ਸਾਡੀ ਤਾਂ ਹੀ ਹੋ ਹੈ ਜੇ ਅਸੀਂ ਬਾਬੇ ਹੋ ਕੇ ਇੱਥੇ ਲੱਗਦਾ ਕਿ ਸਾਡੇ ਗੁਰਦੁਆਰੇ ਮੰਦਰ ਮਸੀਤਾਂ ਹੈ ਐਂ ਜੱਫੀਆਂ ਪਾਈ ਬੈਠੇ ਆ। ਮੈਂ ਹਮੇਸ਼ਾ ਜਦੋਂ ਗੱਲ ਕਹਿੰਦਾ ਮੈਂ ਕਿ ਯਾਰ ਕਿ ਜਦੋਂ ਅਸੀਂ ਲੜਦੇ ਹਾਂ ਨਾ ਧਰਮਾਂ ਦੇ ਨਾਂ ਤੇ, ਦੋ ਐਗਜ਼ੈਂਪਲਾਂ ਨੇ, ਦੋ ਉਦਾਹਰਨਾਂ ਮਾਲਵੇ ਵਾਲਿਓ, ਦੋ ਉਦਾਹਰਨਾਂ ਨੇ। ਇੱਕ ਤਾਂ ਇਹ ਕਹਿਦਾ ਕਰੋ ਵੀ ਜੇ ਸਾਡੀ ਬਣਦੀ ਨਹੀਂ, ਅਸੀਂ ਅਲੱਗ ਅਲੱਗ ਹੈ, ਤਾਂ ਫਿਰ ਹਰਿਮੰਦਰ ਸਾਹਿਬ ਦੀ ਨਿਓ ਸਾਈ ਮੀਆਂ ਮੀਰ ਜੀ ਤੋਂ ਕਿਉਂ ਰਖਵਾਈ ਗੁਰੂ ਸਾਹਿਬਾਨ ਨੇ? ਉਹ ਤਾਂ ਮੁਸਲਮਾਨ ਸੀ, ਅੱਲਾ ਅੱਲਾ ਕਰਦਾ ਆਇਆ ਰੱਬ ਦਾ ਬੰਦਾ ਲਾਹੌਰ ਤੋਂ ਤੇ ਹਰਿਮੰਦਰ ਸਾਹਿਬ ਦੀ ਨਿਓ ਰੱਖ ਕੇ ਗਿਆ। ਇਸੇ ਤਰ੍ਹਾਂ ਅਸੀਂ ਜਿੱਥੇ ਮੋਰਚਾ ਲਾਇਆ ਦਿੱਲੀ, ਕਸ਼ਮੀਰੀ ਪੰਡਿਤ ਆਏ ਸੀ ਸਾਡੇ ਨੌਵੇਂ ਪਾਤਸ਼ਾਹ ਕੋਲੇ, ਤਾਂ ਯਾਰ ਉਹ ਤਾਂ ਹਰੀਓਮ ਨਮੋ ਨਾਰਾਇਣ ਨਾਰਾਇਣ ਕਰਦੇ ਸੀ, ਤੇ ਪਾਤਸ਼ਾਹ ਨੇ ਯਾਰ ਚਾਂਦਨੀ ਚੌਂਕ ਸੀਸ ਦਿੱਤਾ ਆਪਣਾ। ਸੋ ਆਹ ਦੋ ਉਦਾਹਰਨਾਂ ਨੇ, ਇੱਥੇ ਸਾਈ ਮੀਆਂ ਮੀਰ ਹੋਣੀ, ਇੱਥੇ ਸਾਡੇ ਗੁਰੂ ਸਾਹਿਬਾਨ, ਤੇ ਇੱਥੇ ਕਸ਼ਮੀਰੀ ਪੰਡਿਤ। ਲੱਗਦਾ ਨਹੀਂ ਕਿ ਸਾਰੇ ਐਨ ਗਲਵਕੜੀਆਂ 'ਚ ਇੱਕ ਦੂਜੇ ਦੇ? ਸੋ ਆਹ ਬੁੱਝਣ ਦਾ ਵੇਲਾ ਹੈ, ਪ੍ਰੈਕਟੀਕਲੀ ਅੱਖਾਂ ਨਾਲ ਪਰਖਣ ਦਾ ਵੇਲਾ ਹੈ, ਆਹ ਪ੍ਰਤੱਖ ਵੇਖਣ ਦਾ ਵੇਲਾ ਹੈ, ਇਹਨੂੰ ਮਹਿਸੂਸ ਕਰਨ ਦਾ ਵੇਲਾ ਹੈ। ਸੋ ਜਦੋਂ ਤੱਕ ਇਹ ਵੇਖੇ ਰਹਿਣਗੇ ਬਾਬੇ ਹੋਏ ਸਬਰ ਰਹਿਣਗੇ, ਉਦੋਂ ਤੱਕ ਕੋਈ ਮਾਜਦਾ ਲਾਲ ਇੰਨਾ ਬੁਰੇ ਅੱਖ ਚੱਕ ਨਹੀਂ ਚੱਕ ਸਕਦਾ। ਆ ਜੋ ਇਸੇ ਗੱਲ ਨੂੰ ਲੈ ਕੇ ਲਿਖਿਆ ਸੀ ਕਿ ਵਰੀ ਰਾਏ ਸਾਰੇ ਧਰਮਾਂ 'ਚ ਏਕਾ ਹੋ ਗਿਆ, ਓ ਰੱਬਾ ਏਕਾ ਹੋ ਗਿਆ, ਵਰੀ ਰਾਏ ਸਾਰੇ ਧਰਮਾਂ 'ਚ ਏਕਾ ਹੋ ਗਿਆ, ਹੁਣ ਤੇਰੇ ਨਾਲ ਗੱਲ ਇਨਸਾਨ ਕਰੂਗਾ। ਇਹਨਾਂ ਨੂੰ ਪ੍ਰੋਬਲਮ ਸੀ ਨਾ ਵੀ ਸਾਡੇ ਨਾਲ ਸਿੱਖ ਗੱਲ ਕਰਦਾ, ਜਾਂ ਸਾਡੇ ਨਾਲ ਕੋਈ ਖਾਲਿਸਤਾਨੀ ਗੱਲ ਕਰਦਾ, ਜਾਂ ਸਾਡੇ ਨਾਲ ਹਿੰਦੂ ਗੱਲ ਕਰਦਾ, ਸਾਡੇ ਨਾਲ ਮੁਸਲਮਾਨ। ਉਹ ਕਹਿੰਦਾ ਯਾਰ ਜਾਂ ਵੀ ਨਵੇੜ ਤੂੰ, ਤੇਰੇ ਨਾਲ ਗੱਲ ਹੀ ਹੁਣ ਇਨਸਾਨ ਕਰੂਗਾ, ਹੁਣ ਤੇਰੇ ਨਾਲ ਗੱਲ ਇੱਕ ਇਨਸਾਨ ਕਰੂਗਾ, ਤੈਨੂੰ ਦਿੱਲੀ ਇਕੱਠ ਪਰੇਸ਼ਾਨ ਕਰੂਗਾ, ਪਰ ਫਸਲਾਂ ਦੇ ਫੈਸਲੇ ਉਹ ਮੈਂ ਕਿਹਾ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਚਾਹੁੰਦੇ ਰਹੋ ਇੱਕ ਗੀਤ ਨਾ ਹੋਰ